ਦੇਖੋ ਜੀ, ਇਹ ਮੋਹਾਲੀ ਔਰ ਚੰਡੀਗੜ੍ਹ ਤੋਂ ਤਾਲਮੇਲ ਸੰਗਠਨ ਵਾਲੇ ਸਿੰਘ ਨੇ ਜੋ ਆਪਾਂ ਸ਼ਹੀਦੀ ਹਫ਼ਤਾ ਮਨਾਉਂਦੇ ਹਾਂ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਈ, ਫਿਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਦੀ ਸ਼ਹਾਦਤ ਹੋਈ, ਇਸ ਹਫ਼ਤੇ ਦੇ ਦਰਮਿਆਨ ਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ ਪੋਹ ਸੁਦੀ ਸੱਤ ਨੂੰ। ਉਸ ਹਫ਼ਤੇ ਦੇ ਵਿੱਚ ਸੰਗਤ ਦੀ ਜ਼ਿਆਦਾ ਮੰਗ ਆ ਰਹੀ ਹੈ ਕਿ ਉਸ ਹਫ਼ਤੇ ਦੇ ਵਿੱਚ ਪ੍ਰਕਾਸ਼ ਪੁਰਬ ਗੁਰੂ ਸਾਹਿਬ ਜੀ ਦਾ ਨਾਮ ਮਨਾਇਆ ਜਾਏ, ਕਿਉਂਕਿ ਸੰਗਤਾਂ ਬਹੁਤ ਹੀ ਭਾਵਨਾ ਦੇ ਨਾਲ, ਬਹੁਤ ਹੀ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਕੇ ਲਾਲਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹ ਉਹਦੇ ਸਪੰਥ ਸਮਾਗਮ ਕਰਦੇ ਨੇ। ਔਰ ਮੰਗ ਪੱਤਰ ਉਹਨਾਂ ਨੇ ਸਾਨੂੰ ਹੁਣ ਮਿਲ ਕੇ ਦਿੱਤਾ, ਅਤੇ ਜੋ ਪਰਸੋਂ 13 ਤਰੀਕ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਹੋ ਰਹੀ ਹੈ, ਉਹਦੇ ਵਿੱਚ ਉਹ ਮੰਗ ਪੱਤਰ ਜਿਹੜਾ ਉਹ ਸਿੰਘਾਂ ਦਾ, ਸੰਗਤ ਦਾ ਜੋ ਆਇਆ ਹੈ ਉਹ ਪਹੁੰਚਾ ਕੇ ਔਰ ਉਹ 'ਤੇ ਵਿਚਾਰ ਕੀਤੀ ਜਾਏਗੀ।